अज असी आए हैं एक होर शो होम की वीडियो बनाने। साड़ी जिहड़ी असी पहले शो होम की वीडियो पाई सी उन्हें इन्ना सारा प्यार देने लिए थैंक यू सो मच साड़ी यूट्यूब फैमिली का। तो यह जो शो होम है यह मेरा परसनली अमन का परसनली बहुत फेवरेट शो होम है। क्यों? क्योंकि सानू लाइट कलर्स बहुत पसंद है घर के अंदर भी तो घर के बाहर भी। तो आज देखते हैं। हाँ जी, तो यह घर की सब तो ज़्यादा वधिया मैनू फीचर लगता है एक तो यदि एंट्री बहुत खुली डुली आ, जो उन्होंने कलर कॉम्बीनेशन की है वुडवर्क के नाल वाइट फिनिश या लाइट कलर्स नाल बहुत सोहने पिलर्स बहुत सोहने थलो लैके ऑल द वे टॉप तक जाते हैं। आप थोड़ा थोड़ा इंडिया की याद आती है कोठिया की। चली आते चलो जी चलो जी। देखो खुली डुली एंट्रेंस। हाँ बहुत वधिया चीज है एंट्रेंस बहुत सोहनी है। रात नूं बंदा नाल इधर घर भी नहीं बनने होर कोई। हाँ इधर घर भी नहीं बनने इधर पार्क ही रहना है। ਤੇ ਇਹ ਜਿਹੜੀ ਹੈ ਐਂਟਰੈਂਸ ਜਿਹੜੀ ਇਹਦਾ ਸ਼ੀਸ਼ੇ ਦੀ ਬਣਾਈ ਆ। ਹਾਂ ਠੀਕ ਹੈ, ਆਪਾਂ ਨੂੰ ਥੋੜ੍ਹਾ ਪੰਜਾਬੀਆਂ ਨੂੰ ਹੁੰਦਾ ਆ ਕਿ ਹਾਂਜੀ ਪ੍ਰਾਈਵੇਸੀ ਦਾ ਜਾਂ ਕੁਛ ਆ, ਉਹ ਤੁਸੀਂ ਆਪਣੇ ਆਪ ਬਾਅਦ 'ਚ ਚੇਂਜ ਕਰਾ ਸਕਦੇ ਹੋ। ਹਾਲੇ ਉਹਦਾ ਸ਼ੋਅ ਹੁਣ ਇੱਦਾਂ ਹੀ ਪਾਈ ਆ। ਚੱਕੋ ਵੀ ਚੱਕੋ, ਚਲੋ ਵੀ ਚਲੋ, ਖੋਲ ਗੁੰਡਾ ਹੱਥ ਨਾ ਲਾਈ, ਸੋਣਾ ਪੈਣਾ ਹੱਥ। ਮੈਂ ਕਹਿੰਦਾ ਤੈਨੂੰ ਬੜਾ ਪੜ ਪੜ ਪੱਚਾ ਚੱਲ। ਚਲੋ ਜੀ, ਇੱਥੇ ਮਿਊਜ਼ਿਕ ਚੱਲਦਾ ਸੀ। ਵਾਓ, ਅੰਦਰ ਦੇਖ ਸਟੇਅਰਕੇਸ ਨਾਲ ਦੀ ਨਾਲ। ਹਾਂਜੀ, ਤੇ ਸਟੇਅਰਕੇਸ ਦੇ ਕਲਰ ਜਿਵੇਂ ਮੈਂ ਕਿਹਾ ਆਪਾਂ ਯੂਜੂਲੀ ਯੂਜ਼ ਕਰਦੇ ਆ ਡਾਰਕ ਕਲਰ ਦੀ ਵੁੱਡ, ਸਾਨੂੰ ਆਦਤ ਹੁੰਦੀ ਹੈ ਪਰ ਡਰਦੇ ਆ ਅਸੀਂ ਲਾਈਟ ਕਲਰਸ ਯੂਜ਼ ਕਰਨ ਤੋਂ। ਪਰ ਤੁਸੀਂ ਇਹ ਦੇਖੋ ਇਹ ਲਾਈਟ ਕਲਰ ਦੀ ਵੁੱਡਾ ਤੇ ਲਾਈਟ ਕਲਰ ਆ, ਬਹੁਤ ਸੋਹਣੀ ਵਿੰਡੋ, ਬਹੁਤ ਸੋਹਣੀ ਹੈ ਟੌਪ। ਉਹੀ ਤਾਂ ਹੀ ਘਰ ਆਇਆ ਲੱਗਦਾ ਵੀ ਜਿਹਨੇ ਕਿ ਬੰਦੇ ਨਹੀਂਗਾ, ਖੁੱਲਾ ਲੱਗਦਾ, ਖੁੱਲਾ ਖੁੱਲਾ ਲੱਗਦਾ ਕਿ ਨੈਚੁਰਲ ਲਾਈਟ ਬਹੁਤ ਅੰਦਰ ਆ ਰਹੀ ਹੈ। ਵੈਰੀ ਨਾਈਸ। ਤੇ ਆ ਚਲਾ, ਇਹ ਵਾਟਰ ਫੀਚਰ ਚਲਾ ਚਲਾ ਚੰਨਾ 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 ਤੇ ਵਾਟਰ ਫੀਚਰ। ਅੱਛਾ ਇਹ ਮੈਂ ਪਲੀਜ਼ ਦਿਖਾਉਂਗੀ ਕਿਉਂਕਿ ਸਾਡੇ ਘਰ ਚ ਵਾਈਟ ਟਾਈਲਾਂ ਨੇ, ਪਿਓਰ ਵਾਈਟ। ਤੇ ਮਤਲਬ ਕੋਈ ਵੀ ਚੀਜ਼ ਥੋੜੀ ਜਿਹੀ ਗਿਰ ਜਾਵੇ ਬੱਚੇ ਗਿਰਾ ਦੇਣ ਤੇ ਬਿਲਕੁਲ ਸ਼ਾਈਨ ਹੁੰਦੀ ਹੈ। ਪਰ ਇਹ ਕਲਰ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਥੋੜਾ ਜਿਹਾ ਕਸਮੈਲਾ ਜਿਹਾ ਹੈ ਜਿਹੜਾ ਆਪਾਂ ਕਹਿੰਦੇ ਨਾ ਸੈਂਡ ਦਾ ਕਲਰ, ਉਹ ਵਾਲਾ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਇਹ ਕਲਰ ਇਹਦੇ ਨਾਲ। ਚਲੋ ਫਿਰ ਚਲੀਏ ਨੈਕਸਟ। ਚਲੋ ਜੀ, ਨਦਰ ਨੂੰ ਅਸੀਂ ਇੱਧਰ ਨੂੰ ਪਾਇਆ ਕਿਉਂਕਿ ਉਹਨੇ ਸੌ ਜਾਣਾ। ਹਾਂਜੀ, ਇੱਧਰ ਕੀ ਆ? ਇਹ ਮੇਰਾ ਗਰਾਜ ਆ ਤੇ ਉਹਨੇ ਸੇਮ ਕਲਰ ਥੀਮ ਰੱਖੀ ਆ। ਇਹ ਤਾਂ ਸੋਹਣੇ ਮੇਰੇ। ਲਓ ਜੀ ਆ ਦੇਖੋ ਘਰ ਕਿੱਦਾਂ ਲੱਗਦਾ ਜਦ ਤੁਸੀਂ ਕੁੰਡਾ ਖੋਲਣ ਜਾਂਦੇ ਹੋ ਕਿਸੇ ਨੂੰ। ਹਾਂਜੀ ਹਾਂਜੀ, ਨਦਰ ਵਧਾਨ ਗਾਣੇ ਗਾ ਰਿਹਾ। ਚਲੋ ਜੀ ਚਲੋ। ਤੇ ਇਹ ਦੇਖੋ ਇਹਨਾਂ ਨੇ ਡਾਊਨ ਲਾਈਟਸ ਵੀ ਕਾਫੀ ਲਾਈਆਂ ਨੇ ਐਂਟਰੀ ਤੇ। ਤੇ ਆ ਐਂਟਰੀ ਆਹੋ, ਅੰਦਰ ਤਾਂ ਫਿਰ ਨਹੀਂ ਕਹਿਣਾ ਨੇ, ਅੰਦਰ ਕਾਲਾ ਕਾਲਾ ਚਸ਼ਮਾ ਲਾਈ ਫਿਰਦੀ। ਇਹ ਮੈਨੂੰ ਪਤਾ ਕਿੱਥੇ ਦੀ ਯਾਦ ਕਰਾਉਂਦਾ ਆ, ਇੱਕ ਤੇ USA ਤੇ ਕੈਨੇਡਾ ਦੇ ਵਿੱਚ ਇਹ ਬਹੁਤ ਕਾਮਨ ਚੀਜ਼ ਆ। ਇਹ ਯੂਜੂਲੀ ਸਟਾਰਟਿੰਗ ਆਫ ਦਾ ਘਰ ਦੇ ਵਿੱਚ ਹੁੰਦੀ ਹੈ ਜਿੱਥੇ ਹਾਈ ਸੀਲਿੰਗ ਹੁੰਦੀ ਆ। ਇਹਨਾਂ ਨੇ ਉਹਨੂੰ ਥੋੜਾ ਜਿਹਾ ਸ਼ਿਫਟ ਕਰਕੇ ਜਿਵੇਂ ਅੱਗੇ ਨੂੰ ਕਰਕੇ ਸਟੇਅਰਸ ਦੇ ਨਾਲ ਲਾ ਪਾਇਆ। ਸੋ ਯੂ ਕੈਨ ਐਕਚੁਅਲੀ ਸੀ ਆਲ ਦ ਵੇ ਉੱਪਰ ਨੀਚੇ ਥੱਲੇ ਦੇਖ ਸਕਦੇ ਹੋ। ਵਿੰਡੋ ਹੀ ਵਿੰਡੋ ਕੀਤੀਆਂ ਹੋਈਆਂ, ਮਤਲਬ ਵਿੰਡੋ ਕੀਤੀ ਹੋਈਆਂ ਨੇ ਜਿੱਥੇ ਵੀ ਉਹਨਾਂ ਤੋਂ ਵਿੰਡੋ ਲੱਗ ਸਕਦੀ ਸੀ। ਇੰਡੀਆ ਚ ਆਪਣੇ ਉਹਨੇ ਕਹਿੰਦਾ ਗ੍ਰਿੱਲਾਂ ਲਾ ਲਓਗੀ, ਗ੍ਰਿੱਲਾਂ ਲਾ ਦੋ। ਅੱਛਾ ਜੀ, ਰਾਈਟ ਸਾਈਡ ਤੇ, ਰਾਈਟ ਸਾਈਡ ਐਵੇਂ ਕਿ ਇਹਨਾਂ ਦਾ ਫਾਰਮਲ ਲਿਵੇਗਾ। ਰੇ ਵੀ ਉਹਨਾਂ ਨੇ ਸੇਮ ਕਲਰ ਥੀਮ ਰੱਖੀ ਆ ਲਾਈਟ, ਕਿਉਂਕਿ ਸਟੇਅਰਸ ਲਾਈਟ ਨੇ, ਦਰਵਾਜ਼ੇ ਲਾਈਟ ਨੇ, ਫਰੇਮਸ ਉਹਨਾਂ ਨੇ ਲਾਈਟ ਰੱਖਿਆ ਤੇ ਉਹਨਾਂ ਨੇ ਸੋਫੇ ਵੀ ਲਾਈਟ ਰੱਖੇ ਆ। ਅੱਜ ਕੱਲ੍ਹ ਲਾਈਟ ਕਲਰਸ ਬਹੁਤ ਫੈਸ਼ਨ 'ਚ ਵੀ ਨੇ, ਮੈਂ ਹੋਰ ਵੀ ਜਿਵੇਂ ਯੂਟਿਊਬ 'ਤੇ ਵੀਡੀਓਜ਼ ਦੇਖਿਆ ਨੇ ਤਾਂ ਬਹੁਤ ਜ਼ਿਆਦਾ ਚੱਲਦਾ ਆ। ਆਈ ਲਾਈਕ ਦਿਸ। ਕਰ ਜੋ ਇੱਕ ਮਿੰਟ, ਮੈਂ ਇੱਧਰ ਦਿਖਾ ਦਾਂ। ਹਾਂਜੀ ਆ ਦੇ, ਇਹ ਬਹੁਤ ਬਿਲਟ ਇਨ ਵਾਲ, ਵੈਰੀ ਨਾਈਸ ਫੀਚਰ, ਸਪੈਸ਼ਲੀ ਜੇ ਕਿਸੇ ਨੇ ਬਣਵਾਉਣਾ ਹੋਵੇ। ਅਸਾਂ ਆਪ ਸੋਚਦੇ ਹੁੰਦੇ ਸੀਗੇ ਹਨਾ ਬਣਾਉਣ ਲਈ। ਇਟਸ ਗੁੱਡ। ਹਾਂ ਤੇ ਇਹ ਚੀਜ਼ ਵਧੀਆ, ਥੱਲੇ ਤਾਂ ਤੁਸੀਂ ਐਟ ਲੀਸਟ ਥੱਲੇ ਵੈਕਿਊਮ ਕਰ ਸਕਦੇ ਹੋ। ਕਿੱਥੇ? ਥੱਲੇ ਜਿਵੇਂ ਥੋੜੀ ਜਿਹੀ ਉਹਨਾਂ ਨੇ ਸਪੇਸ ਦਿੱਤੀ ਹੋਈ ਆ। ਹਾਂ ਹਲਕਾ ਜਿਹਾ ਜਿਵੇਂ ਕਲੀਨ ਕਰਨਾ ਹੋਵੇ ਬਿਲਕੁਲ ਥੱਲੇ ਨਹੀਂ ਹੈਗਾ। ਆਹ ਤਾਂ ਬਹੁਤ ਵਧੀਆ ਚੀਜ਼ ਲੱਗਦੀ, ਕਿੰਨਾ ਵਧੀਆ ਟੀਵੀ, ਨਾਲੇ ਪਰੇ ਦਾ ਪਰੇ, ਨਾਲੇ ਡੂੰਘੇ ਦਾ ਡੂੰਘਾ, ਨਾਲੇ ਸ਼ੈਲਫ ਦੀ ਸ਼ੈਲਫ। ਹਾਂ ਤੇ ਇਹ ਵੀ ਚੀਜ਼ ਬਹੁਤ ਸੋਹਣੀ ਆ ਪਿੱਛੇ ਉਹਨਾਂ ਨੇ ਪੂਰਾ ਵੁੱਡਵਰਕ ਜਿਹੜਾ ਕੀਤਾ ਉਹ ਵੀ ਲਾਈਟ ਕੀਤਾ, ਜ਼ਿਆਦਾ ਓਵਰਵੈਲਮਿੰਗ ਨਹੀਂ ਹੈਗਾ ਕਿ ਹਾਂ ਵੀ ਕਰਦੇ ਹਾਂ। ਡਿਫਰੈਂਟ ਕਲਰ ਮੈਚ ਕਰਦੀ ਹੈ ਸਟੇਜ ਨਾਲ, ਮੈਚ ਕਰਦੀ ਹੈ ਸਟੇਜ। ਆਹ ਦਿਖਾ ਦੇ ਟਾਕੀਆਂ, ਟਾਕੀਆਂ ਸਾਈਡ ਤੇ ਬਹੁਤ ਸੋਹਣੀਆਂ, ਬਲਾਈਂਡਸ ਵਧੀਆ ਲਾਏ ਨੇ, ਨਹੀਂ ਨਾਰਮਲ ਸਸਤੇ ਲਾਏ ਹੁੰਦੇ ਨੇ। ਹਾਂਜੀ ਤੇ ਇਹ ਟਾਕੀ ਮੇਰੇ ਖਿਆਲ ਪੂਰੀ ਖੁੱਲ ਵੀ ਜਾਂਦੀ ਆ, ਇੱਦਾਂ ਕਰਕੇ ਤੁਸੀਂ ਇਹਨੂੰ ਖੋਲ ਸਕਦੇ ਹੋ ਪੈਨ ਵਾਂਗਰ ਤੇ ਇੱਦਾਂ ਬਲਾਈਂਡਸ ਕਰ ਸਕਦੇ। ਬਾਅਦ ਵਿੱਚ ਪਾਵਾਂਗੇ। ਚਲੋ ਚਲੋ ਚਲੋ, ਭੱਜ ਗਏ ਭੱਜ ਗਏ ਭੱਜ ਗਏ, ਇਹ ਆ ਗਈ ਫੋਟੋ। ਚਲੋ ਜੀ। ਅੱਛਾ ਮੈਂ ਇਹ ਜ਼ਰੂਰ ਕਹੂੰਗੀ ਕਿਉਂਕਿ ਮੈਨੂੰ ਬਹੁਤ ਸ਼ੌਕ ਹੈ ਇੰਟੀਰੀਅਰ ਡੈਕੋਰੇਸ਼ਨ ਦਾ ਦੇਖਣ ਦਾ। ਇਹ ਦੇਖੋ ਕਿੰਨਾ ਸੋਹਣਾ ਉਹਨਾਂ ਨੇ ਸਜਾਇਆ, ਇਹ ਬੁੱਕ ਵਾਲੇ ਜਿਹੜੇ ਅੱਜ ਕੱਲ੍ਹ ਆਉਂਦੇ ਨੇ ਬੁੱਕ ਰੱਖਣ ਨੂੰ ਸ਼ੈਲਫਸ ਦੇ ਉੱਤੇ, ਇਹ ਬਹੁਤ ਸੋਹਣੇ ਡਿਜ਼ਾਈਨਸ ਦੇ ਵਿੱਚ ਆਉਂਦੇ ਨੇ। ਤੁਸੀਂ ਦੋਨੋਂ ਪਾਸੇ ਕੋਈ ਵੀ ਚੀਜ਼ ਮਤਲਬ ਯੂਜ਼ ਕਰ ਸਕਦੇ ਹੋ ਜਿਹੜੇ ਆਉਂਦੇ ਨੇ, ਜਿਵੇਂ ਇਹਨਾਂ ਨੇ ਡੀਅਰਸ ਯੂਜ਼ ਕੀਤੇ ਆ ਤੇ ਵਾਈਟ ਦੇ ਨਾਲ ਯੂਜ਼ ਕੀਤਾ ਤੇ ਡਾਊਨ ਲਾਈਟਸ ਇੱਥੇ ਲਾਈਆਂ। ਅੱਛਾ, ਨਦਰ ਗਾਣੇ ਗਾ ਕੇ ਸੌਂ ਗਿਆ। ਸੌਂ ਗਿਆ। ਚਲੋ ਜੀ, ਚਲੋ ਨੈਕਸਟ। ਬਹੁਤ ਟਾਈਮ ਲੱਗ ਜਾਣਾ ਇਹਨਾਂ ਦਾ, 4.5 ਮਿੰਟ ਕੱਢ ਵੀ ਦਿੱਤੇ ਤੂੰ, ਪਰ ਸੋਹਣਾ ਘਰ ਆ ਨਾ। ਓਕੇ, ਤੁਸੀਂ ਮੈਂ ਦਿਖਾਉਣਾ ਇੱਕ ਵਾਰੀ ਫੇਰ। ਇਹ ਲਓ ਜੀ, ਕੀ ਬਾਤ ਹੈ। ਸੋ ਰਾਈਟ ਤੇ ਲਾਉਂਜ, ਬੜਾ ਸਲੋਲੀ ਕੈਮਰਾ ਮੂਵ ਕਰੂੰਗਾ ਅੱਜ ਮੈਂ।
ਕਿਉਂਕਿ ਜੀ ਫਿਰ ਚੱਕਰ ਨਾ ਆਉਣ ਕਿਸੇ ਨੂੰ ਇੱਥੋਂ ਦੇਖੋ ਵਾਹ ਬਿਊਟੀਫੁਲ ਡੇ ਲਓ ਜੀ ਕਿਹੜਾ ਨਹੀਂ ਦੱਸ ਆਹ ਘਰ ਕਿੰਨਾ ਡ੍ਰੀਮ ਵੈਰੀ ਨਾਈਸ ਇਹਦੇ ਟਾਕੀਆਂ ਚਾਹੀਦੀਆਂ ਨੇ ਟਾਕੀਆਂ ਚਾਹੀਦੀਆਂ ਅੱਛਾ ਇਹਦੀ ਹੁਣ ਮੈਂ ਜਿਹੜੀ ਚੀਜ਼ ਨੋਟਿਸ ਕੀਤੀ ਹੈ ਹਾਲਵੇ ਦੇ ਵਿੱਚ ਹੈਨਾ ਹਾਲਵੇ ਥੋੜਾ ਜਿਹਾ ਭੀੜਾ ਆ ਪਰ ਐਂਟਰੀ ਉਹਨਾਂ ਨੇ ਫਿਰ ਵੀ ਹਾਈ ਰੱਖੀ ਹੈ ਇਹਦੀ ਸੀਲਿੰਗ ਬਹੁਤ ਹਾਈ ਹੈ ਸੀਲਿੰਗ ਹਾਈਟ ਜਿਵੇਂ ਆਪਾਂ ਪਿਛਲੀ ਵਾਰ ਦਿਖਾਈ ਸੀ ਕਿ ਮੇਰਾ ਹੱਥ ਤਾਂ ਜਮਾਈ ਨਹੀਂ ਪਹੁੰਚਣਾ ਬਹੁਤ ਉੱਚਾ ਹਾਂ ਘਰ ਹਾਂਜੀ 2.9 ਮੇਰੇ ਖਿਆਲ ਹੋਣੀ ਹੈ ਜਾਂ ਸ਼ਾਇਦ ਉਸ ਤੋਂ ਜ਼ਿਆਦਾ ਹੀ ਹੋਊਗੀ ਤੇ ਇਹ ਹਾਲਵੇ ਕਿਉਂਕਿ ਛੋਟਾ ਉਹਨਾਂ ਨੇ ਜਿਹੜੀ ਇੱਥੇ ਕਬਰਡ ਬਣਾਈ ਆ ਇਹ ਵਾਲੀ ਸਟੋਰੇਜ ਵਾਲੀ ਉਹਨਾਂ ਨੇ ਉਹਨੂੰ ਸੀਥਰੂ ਬਣਾਤਾ ਸ਼ੀਸ਼ੇ ਲਾਤੇ ਕਿਉਂ ਕਿਉਂਕਿ ਜੇ ਇਹ ਕਵਰਡ ਹੁੰਦਾ ਫਿਰ ਹੋਰ ਕਲੋਸਟ੍ਰੋਫੋਬਿਕ ਲੱਗਣਾ ਸੀ ਗੁੱਡ ਆਈਡੀਆ ਇਹ ਗੁੱਡ ਆਈਡੀਆ ਕੀਤਾ ਕਿ ਉਹਨਾਂ ਨੇ ਸ਼ੀਸ਼ੇ ਬਾਰੇ ਕਰਤੇ ਨਾਲ ਜਿਵੇਂ ਆਪਾਂ ਪਹਿਲੀ ਵੀਡੀਓ 'ਚ ਦੱਸਿਆ ਸੀ ਉਹਨਾਂ ਨੇ ਪੂਰੇ ਉੱਤੇ ਤੱਕ ਕੀਤੇ ਆ ਦਰਵਾਜ਼ੇ ਵੈਰੀ ਨਾਈਸ ਮੈਨੂੰ ਲੱਗਿਆ ਸੀ ਇੱਧਰ ਕੋਈ ਕਮਰਾ ਕੁਮਰਾ ਇਟਸ ਗੁੱਡ ਹਾਂ ਤੇਰੀ ਗੁੱਡ ਆਬਜ਼ਰਵੇਸ਼ਨ ਚਲ ਆ ਇੱਧਰ ਖੋਲੋ ਇਹਦਾ ਹੈ ਬਸ ਨੁਕਸਾਨ ਹੈ ਕਿ ਮੈਂ ਸ਼ਾਇਦ ਆਪਣੀ ਅਲਮਾਰੀਆਂ ਸਾਫ਼ ਸੁਥਰੀਆਂ ਰੱਖਣੀਆਂ ਪੈਣੀਆਂ ਸ਼ੀਸ਼ੇ ਬਹੁਤ ਨੇ ਓ ਵਾਓ ਲਾਈ ਫਟਾਫਟ ਕਿਸੇ ਨੇ ਆਇਆ ਬੰਦੇ ਨੇ ਹੋਰ ਇੱਥੇ ਕਰ ਦੋ ਆਹ ਦੇਖ ਲੋ ਜੀ ਤੁਹਾਨੂੰ ਦਿਖਾ ਦਈਏ ਵਾਹ ਜੀ ਵਾਹ ਬਹੁਤ ਖੁੱਲੀ ਡੁੱਲੀ ਆ ਮੈਂ ਉਧਰੋਂ ਦਿਖਾਉਣਾ ਦੂਜੇ ਪਾਸੇ ਤੁਸੀਂ ਚਲੋ ਇੱਧਰ ਕੀ ਆ ਇੱਥੇ ਸ਼ੀਸ਼ਾ ਲਾਉਣਾ ਚਾਹੀਦਾ ਤੈਨੂੰ ਬੰਦਾ ਨਿਕਲੇ ਨਾ ਇੱਥੇ ਬਹਿ ਕੇ ਪਿੱਛੇ ਨੂੰ ਦੇਖ ਬੰਦਾ ਨਿਕਲੇ ਨਾ ਚਲੋ ਜੀ ਹੁਣ ਆਪਾਂ ਆ ਗਏ ਮੇਨ ਏਰੀਆ ਦੇ ਵਿੱਚ ਮੈਂ ਬੜਾ ਹੌਲੀ ਹੌਲੀ ਚੱਲ ਰਿਹਾ ਤੇ ਹੁਣ ਮੈਂ ਘੁਮਾ ਕੇ ਦਿਖਾਉਣਾ ਤੁਹਾਨੂੰ ਬੜਾ ਸਲੋਲੀ ਪਹਿਲਾਂ ਆਹ ਦੇਖੋ ਜੀ ਹੁਣ ਇੱਥੋਂ ਉਹ ਐਂਟਰੈਂਸ ਆ ਗਈ ਮੇਨ ਹਾਂਜੀ ਆਪਣੇ ਜਿਵੇਂ ਯੂਜੁਅਲੀ ਕੀ ਹੁੰਦਾ ਆ ਕਿ ਉਹ ਥੋੜਾ ਦੂਰ ਹੁੰਦੇ ਆ ਪਿੱਛੇ ਵਾਲੇ ਥੋੜੇ ਦੂਰ ਹੁੰਦੇ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਚੌੜਾ ਕਰਤਾ ਤੇ ਇਸ ਕਰਕੇ ਈਜ਼ੀਲੀ ਤੁਸੀਂ ਜੇ ਪਿੱਛੇ ਵੀ ਬਣਾ ਰਹੇ ਹੋ ਨਾ ਤੁਸੀਂ ਬਹੁਤ ਸੇਫਲੀ ਖਾਣਾ ਬਣਾ ਸਕਦੇ ਵੈਰੀ ਨਾਈਸ ਦੈਟਸ ਅ ਵੈਰੀ ਨਾਈਸ ਕੁਝ ਵੀ ਆਊਟ ਆਫ ਰੀਚ ਨਹੀਂ ਆ ਸੌਫਟ ক্লোਜ਼ ਨਹੀਂ ਖੋਲੋ ਤਾਂ ਕਵਰਡ ਬਣ ਗਿਆ ਵੈਰੀ ਨਾਈਸ ਓ ਸੇਫ ਵੀ ਆ ਅੱਛਾ ਤੁਸੀਂ ਉਧਰ ਜਾਈਏ ਨਾ ਮੈਂ ਇੱਧਰ ਜਾਈਏ ਨਾ ਆ ਜਾ ਦੇਖੋ ਸਵਾਹ ਕੰਧ ਦੇ ਵਿੱਚ ਐਵਰ ਫਿੱਟ ਕੀਤਾ ਆਬਵੀਅਸਲੀ ਆ ਹੈਗੀ ਇਹ ਵਧੀਆ ਚੀਜ਼ ਹੈ ਕਿਉਂਕਿ ਬਾਰ ਬਾਰ ਝੁੱਕੇ ਨਹੀਂ ਕਰਨਾ ਪੈਂਦਾ ਸਮਾਨ ਜਿਹੜਾ ਓਵਨ ਦੇ ਵਿੱਚੋਂ ਆ ਕੀ ਆ ਗਿਆ ਉਹ ਲੈਟਾ ਕੋਸਟ ਵਾਲੀਆਂ ਹਾਂਜੀ ਸੀ ਟਾਈਮ ਲਾਈਆਂ ਸੀ ਆ ਸਿੰਕ ਕਿੰਨਾ ਹੋਣਾ ਯਾਰ ਇਹ ਮੈਨੂੰ ਜ਼ਿਆਦਾ ਸੋਹਣਾ ਲੱਗਿਆ ਉਹ ਵਾਲਾ ਹਾਂ ਰਾਉਂਡ ਸਿੰਕ ਮੈਂ ਦੇਖਿਆ ਨਹੀਂ ਹਾਂ ਮੇਰੇ ਖਿਆਲ ਚ ਇਹ ਵੱਡੀ ਉਹਨਾਂ ਨੂੰ ਪਤਾ ਹੈ ਜਿਹੜੇ ਘਰ ਚ ਵੀ ਇੰਨਾ ਵੱਡਾ ਜਿਹਾ ਘਰ ਹੋਊਗਾ ਪਰਿਵਾਰ ਸੁੱਖ ਨਾਲ ਜੇ ਵੱਡਾ ਹੋਊਗਾ ਤੇ ਫਿਰ ਖਾਣਾ ਵੀ ਜ਼ਿਆਦਾ ਬਣੂਗਾ ਤੇ ਇਸ ਕਰਕੇ ਉਹਨਾਂ ਨੇ ਵੱਡਾ ਸਿੰਕ ਇੱਥੇ ਲਾਇਆ ਔਰ ਬਹੁਤ ਸੋਹਣਾ ਉਹਨਾਂ ਨੇ ਗੋਲ ਲਾਇਆ ਮੈਨੂੰ ਗੋਲ ਸਿੰਕ ਬਹੁਤ ਸੋਹਣੇ ਲੱਗਦੇ ਆ ਤੇ ਆ ਸਮਾਨ ਕਿੰਨਾ ਹੋਣਾ ਪਿਆ ਟੋਸ਼ਰ ਟੂਸ਼ਟਰ ਜੀ ਕਿਹੜੇ ਨੇ ਇਹ ਵੀ ਆਈਕਿਆ ਤੋਂ ਆ ਓਕੇ ਸਾਰੀ ਚੀਜ਼ਾਂ ਦੇਖ ਕੇ ਯਾਦ ਆਉਂਦਾ ਕਿ ਅੰਜੀ ਦੇਖਿਆ ਹੋਇਆ ਪਾਸਤਾ ਟੀ ਕਾਫੀ ਹਾਂਜੀ ਉਹ ਜੀ ਸਮਾਨ ਦੇ ਵੀ ਆਈਡੀਆ ਲੈ ਜਾਓ ਤੁਸੀਂ ਹਨਾ ਬਹੁਤ ਸੋਹਣੀ ਹੈ ਨਾ ਪੈਂਟਰੀ ਆ ਵੀ ਡਿਜ਼ਾਈਨ ਸੋਹਣਾ ਚੱਲ ਮੈਂ ਅੰਦਰ ਜਾ ਕੇ ਦਿਖਾਣਾ ਵੀ ਕਿੰਨੀ ਖੁੱਲੀ ਆ ਹਾਂਜੀ ਯਾ ਵੈਰੀ ਨਾਈਸ ਕਾਫੀ ਡੀਪ ਆ ਕਾਫੀ ਡੀਪ ਆ ਹਾਂਜੀ ਹਾਈਟ ਵੀ ਉੱਚੀ ਆ ਹਾਂ ਆਪਣੇ ਪੰਜਾਬੀਆਂ ਦੇ ਸਪਾਈਸਿਸ ਵਗੈਰਾ ਬਹੁਤ ਕੁਝ ਹੁੰਦੇ ਨੇ ਉਹਦੇ ਲਈ ਇਹ ਬਹੁਤ ਵਧੀਆ ਇਹ ਦੇਖੋ ਇਹਨਾਂ ਨੇ ਇਹ ਵੀ ਵਧੀਆ ਕੀਤਾ ਉੱਤੇ ਵਾਲੇ ਛੋਟੇ ਨੇ ਤੇ ਥੱਲੇ ਵਾਲੇ ਵੱਡੇ ਨੇ ਓ ਬੜੀ ਸੋਹਣੀ ਨੀਟ ਚੀਜ਼ ਨੋਟ ਕੀਤੀ ਤਾਂ ਕਿ ਸ਼ੈਡੋ ਜ਼ਿਆਦਾ ਨਾ ਆਵੇ ਹਾਂ ਚਲੋ ਫਿਰ ਨੈਕਸਟ ਹੁਣ ਟੂ ਅੱਛਾ ਸਿੱਧਾ ਕਿਹਦਾ ਮੈਂ ਦਿਖਾਉਣ ਜਾਂਦੀ ਸੀ ਇਹ ਨਾਨ ਗਲੋਸੀ ਆ ਠੀਕ ਆ ਮੈਟ ਫਿਰ ਏਰੀਆ ਇਹਦਾ ਜਿਹੜਾ ਲਿਵਿੰਗ ਕਹਿੰਦੇ ਆ ਫੈਮਿਲੀ ਸਪੇਸ ਤੇ ਇਹ ਵੀ ਲਾਈਟ ਰੱਖੀ ਆ ਉਹਨਾਂ ਨੇ ਤੇ ਇਹਨਾਂ ਨੇ ਉਹੀ ਸੇਮ ਕਲਰ ਥੀਮ ਰੱਖੀ ਆ
Yeah, very nice. अच्छा मैंने एक कारपेट आजकल बहुत सोहने लगे हैं उन्हें नैचुरल फिनिश दे विच ए जूट नहीं हैगा ए हैगा कॉटन दे विच ही है पर उन्होंने मतलब ब्रेडेड लुक देती है बहुत सोहने लग रही है जिवें गुत्तगुंदी हुंदी है जिवें गुत्तगुंदियां हुंदियां ने कारपेट अच्छा आ देखो हुण लै वी भाई इत्थे बैठ के बंदे दा क्या लेवा बंदा चाह पींदा होवे पूरे खुलने आला खोल दरवाजा हुण फटाफट पहला बाहर चली बाहर वेरी नाइस उतला परला खुलिया हो अंदर खोल आज इधर सो एक बार होर देख लो जी क्या बात है फ्लो बड़ा सोहना करता भावे थोड़ा जिहा छोटा आ पर ਲੱਗਦਾ ਨਹੀਂ ਛੋਟਾ ਹਾਂਜੀ ਇਹ ਦੇਖੋ ਡਾਈਨਿੰਗ ਉਹਨਾਂ ਨੇ ਉਹਦੇ ਨਾਲ ਹੀ ਮਤਲਬ ਮੈਚ ਕਰਨ ਨੂੰ ਸੇਮ ਕੀਤੀ ਹੋਈ ਹੈ ਵਾਈਟ ਦੇ ਨਾਲ ਆ ਡਾਈਨਿੰਗ ਏਰੀਆ ਲਾ ਬੰਦਾ ਰੋਟੀ ਖਾਂਦਾ ਖਾਂਦਾ ਪੂਲ ਦੇ ਵਿੱਚ ਭਾਵੇਂ ਉੱਥੇ ਜਾ ਕੇ ਹੱਥ ਧੋਇਆ ਉਹ ਤੇ ਇਹ ਦੇਖੋ ਇਹ ਵੀ ਬਹੁਤ ਥੋੜੀ ਹੈ ਖੋਲ ਉਹ ਸੱਚ ਹਾਂ ਲੈ ਆ ਵੀ ਪੂਰਾ ਉਹਨਾਂ ਨੇ ਸਾਰਾ ਲਾਈਕ ਆ ਸਾਰਾ ਘਰ ਖੁੱਲ ਜਾਂਦਾ ਰਾਈਟ ਇੱਕ ਮਿੰਟ ਮੈਂ ਪਿੱਛੇ ਦਿਖਾਉਣਾ ਵੈਰੀ ਨਾਈਸ ਆਊਟਡੋਰ ਏਰੀਆ ਦੇਖੋ ਵੀ ਕੈਨੇਡਾ ਵਾਲੇ ਸਾਡੇ ਆਸਟ੍ਰੇਲੀਆ ਦੇ ਘਰ ਸੋ ਆਹ ਸਾਰਾ ਖੁੱਲ ਜਾਣਾ ਆਹ ਖੁੱਲ ਜਾਣਾ ਆਹ ਖੁੱਲ ਜਾਣਾ ਲੈ ਦੱਸ ਇਨਡੋਰ ਆਊਟਡੋਰ ਫਲੋ ਕਿੰਨਾ ਸੋਹਣਾ ਯਾਰ ਵੈਰੀ ਨਾਈਸ ਹੈ ਨਾ ਪਾਰਟੀ ਪੂਰਟੀ ਚੱਲਦੀ ਹੋਵੇ ਬੰਦੇ ਦੀ ਐਨ ਬੰਦਾ ਬੋਰ ਨਹੀਂ ਹੁੰਦਾ ਆ ਜਾ ਇੱਧਰ ਹਾਂ ਜਲਦੀ 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 ਹਾਂ ਇੱਕੋ ਹੈਂਡਲ ਆ ਹੈਂਡਲ ਦਾ ਮਤਲਬ ਹੈ ਇਹ ਹੈਂਡਲ ਤੁਸੀਂ ਖੋਲਤਾ ਇਹ ਦਰਵਾਜ਼ਾ ਖੁੱਲੂਗਾ ਇਹਨੂੰ ਖਿੱਚਿਆ ਅੰਦਰ ਨੂੰ ਇਹਨੇ ਸਟਾਰਟ ਬਾਈਫੋਲਡ ਬਾਈਫੋਲਡ ਤੇ ਇਹਨੇ ਇੱਧਰ ਕਰਕੇ ਪੂਰਾ ਤੂੰ ਤਾਂ ਇਹ ਕਰ ਰਹੀ ਜਿਵੇਂ ਤੂੰ ਦਰਵਾਜ਼ੇ ਵਿੱਚ ਲੱਗਣਾ ਹੋਣਾ ਨਹੀਂ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਵਿੱਚ ਜਿਵੇਂ ਇੱਕ ਨਾਈਸ ਆਦਾ ਪੂਰੇ ਟੱਬਰ ਲਈ ਬਾਰਬੀਕਿਊ ਲਾਇਆ ਉਹਨਾਂ ਨੇ ਹਾਂਜੀ ਉਹ ਸ਼ੀਸ਼ੇ ਦੀ ਰਿਫਲੈਕਸ਼ਨ ਦੇਖ ਬੱਦਲਾਂ ਦੀ ਵਾਓ ਵੈਰੀ ਨਾਈਸ ਉਹ ਸੋਫਾ ਆ ਦੇਖੋ ਵੀ ਆ ਕੈਨੋਪੀ ਇਹਨਾਂ ਨੇ ਓਪਨ ਲਾਇਆ ਹਾਂਜੀ ਇਹ ਕਵਰ ਦਾ ਕਵਰ ਬਟ ਮੀ ਪੈ ਸਕਦਾ ਤੁਹਾਡੇ ਤੇ ਵੈਸੇ ਵੀ ਜੇ ਤੁਸੀਂ ਇੱਥੇ ਜ਼ਿਆਦਾ ਪੈਂਦੇ ਹੋ ਤਾਂ ਤੁਸੀਂ ਇਦਾਂ ਦੀ ਕੰਟਰੀ ਚੋਂ ਜਿੱਥੇ ਮੀ ਜ਼ਿਆਦਾ ਪੈਂਦਾ ਤੁਸੀਂ ਉੱਤੇ ਪਲਾਸਟਿਕ ਸ਼ੀਟ ਲਾ ਸਕਦੇ ਹੋ ਵਾਹ ਜੀ ਵਾਹ ਬਾਰਬੀਕਿਊ ਤਾਂ ਨਾਰਮਲੀ ਰੱਖਿਆ ਹੋਇਆ ਹਾਂ ਤੇ ਆ ਜੀ ਚੜਾ ਚੋਇਸ ਆ ਇਧਰ ਆਪਾਂ ਨਹੀਂ ਜਾਵਾਂਗੇ ਹਾਂਜੀ ਕਿਉਂਕਿ ਉਹਨੇ ਵੈਸੇ ਵੀ ਇਹਨੂੰ ਬੰਦ ਕੀਤਾ ਹੋਇਆ ਬੱਚਿਆਂ ਕਰਕੇ ਬੱਚਾ ਕਰਕੇ ਫੈਂਸਿੰਗ ਰੂਲਸ ਅੱਛਾ ਉਹ ਦੇਖ ਉੱਥੇ ਵੀ ਬੈਠਣ ਨੂੰ ਜਗ੍ਹਾ ਉਹ ਜਿਹੜਾ ਡੈਕ ਜਿਹਾ ਲਾਇਆ ਹਾਂਜੀ ਹਾਂਜੀ ਰਾਈਟ ਵੈਰੀ ਨਾਈਸ ਕਿ ਤੁਸੀਂ ਉੱਥੇ ਬਹਿ ਜਾਓ ਵਿਊ ਦੇਖੋ ਜੀ ਤੁਸੀਂ ਸਾਡੇ ਆਸਟ੍ਰੇਲੀਆ ਦਾ ਬਾਈ ਫੈਂਸ ਸੋਹਣੀ ਲੱਗੀ ਆ ਪੂਤੇ ਬੂਟੇ ਦੇਖ ਲਓ ਵੀ ਪੌਦੇ ਭਾਈ ਇਹਨਾਂ ਨੇ ਡੈਕ ਦਾ ਕਲਰ ਨਾਈਸ ਐਂਡ ਡਾਰਕ ਵੈਰੀ ਨਾਈਸ ਵੈਰੀ ਨਾਈਸ ਚਲਿਓ ਉੱਪਰਲੇ ਫਲੋਰ ਤੇ ਹੁਣ ਲੈਟਸ ਗੋ ਇੱਕ ਵਾਰੀ ਪਿੱਛੇ ਦਿਖਾ ਦਈਏ ਬੈਕ ਯਾਰਡ ਬਹੁਤ ਸੋਹਣਾ ਫਲੋ ਯਾਰ ਵੈਰੀ ਨਾਈਸ ਕਰਦਾ ਤੇ ਆਰਟੀਫੀਸ਼ੀਅਲ ਗ੍ਰਾਸ ਲੱਗਿਆ ਇਹਨਾਂ ਨੇ ਆਰਟੀਫੀਸ਼ੀਅਲ ਗ੍ਰਾਸ ਬਹੁਤ ਜਗ੍ਹਾ ਯਾਰ ਉਰੇ ਵੀ ਵਾਓ ਹੈ ਤੁਸੀਂ ਜਾਓ ਮੈਂ ਇੱਥੇ ਖੜ ਕੇ ਦਿਖਾਉਣਾ ਆਹ ਦੇਖ ਲਓ ਜੀ ਘਰ ਪਿੱਛੋਂ ਹੁਣ ਵੈ ਦੇਖੋ ਕਿੱਡਾ ਬੜਾ ਕਿੰਨਾ ਸੋਹਣਾ ਰਾਤ ਨੂੰ ਚਮਕਦਾ ਹੁੰਦਾ ਘਰ ਇਹ ਇੱਥੋਂ ਪਤਾ ਲੱਗਦਾ ਸਾਡੇ ਤੁਸੀਂ ਕਮਿਊਨਿਟੀ 'ਚ ਆ ਗਏ ਲਾਰਾ ਦੇ ਵਿੱਚ ਵੈਰੀ ਨਾਈਸ ਆਓ ਚੱਲੀਏ ਇੱਧਰ ਕਿੱਥੇ ਚੱਲੇ ਹੁਣ ਕੀ ਹੈਗਾ ਕੁਝ ਇੱਥੇ ਕੱਪੜੇ ਕੁੱਪੜੇ ਸੁੱਕਣ ਪਾਉਣ ਨੂੰ ਤੇ ਲੰਘਣਾ ਕਿਸੇ ਨੇ ਉਹ ਗਰਾਜ 'ਚ ਚੱਲ ਜਾਂਦਾ ਉਹ ਗਰਾਜ 'ਚ ਚਲੇਗਾ ਚੱਲ ਵੀ ਮੈਡਮ ਉੱਪਰਲੇ ਮਾਲੇ ਤੇ ਉੱਪਰਲੇ ਮਾਲੇ ਚੱਲੀਏ ਲਓ ਜੀ ਚੱਲੀ ਉੱਤੇ ਹੱਥ ਫੜ ਕੇ ਚੱਲਦਾ ਮੈਂ ਪਰ ਆਹ ਪੌੜੀਆਂ ਬੱਚਿਆਂ ਲਈ ਵਧੀਆ ਨਹੀਂ ਹੈਗੀਆਂ ਮੈਂ ਸੱਚੀ ਗੱਲ ਕਹਿਣਾ ਚਾਹੁੰਦਾ ਬੰਦਾ ਇੱਥੇ ਖੜ ਕੇ ਚਾਹ ਪੀਵੇ ਹਨਾ ਸਹੀ ਗੱਲ ਆ ਮਦਰ ਜਾਗ ਇੱਕਦਮ ਨਾਲ ਕਮਰੇ ਤੋਂ ਬਾਹਰ ਆਉਂਦੇ ਸੀ ਜਾਗ ਆ ਜਾਈ ਕੀ ਆ ਚਲੋ ਜੀ ਹੁਣ ਇੱਥੇ ਕੀ ਆ ਵੈਰੀ ਨਾਈਸ ਐ ਇਹਨਾਂ ਨੇ ਉੱਤੇ ਵਾਲਾ ਇੱਥੇ ਵੀ ਸੀਲਿੰਗ ਹਾਈਟ ਬਹੁਤ ਉੱਚੀ ਆ ਹਾਂਜੀ ਮੈਂ ਤਾਂ ਜਮਾ ਹੀ ਨਹੀਂ ਟੱਚ ਕਰ ਪਾਉਂਦੀ ਵੈਰੀ ਨਾਈਸ ਸੇਮ ਚੀਜ਼ ਆ ਆਈ ਥਿੰਕ ਡਿਟੋ ਲਾਈ ਆ ਸੇਮ ਉਹਨਾਂ ਨੇ ਟੌਪ ਵੀ ਮਤਲਬ ਉਹ ਥੱਲੇ ਵਾਲਾ ਕੀਤਾ ਪਰ ਥੋੜਾ ਜਿਹਾ ਜਿਵੇਂ ਚੇਂਜ ਕਰਤਾ ਇਹ ਖੁੱਲਾ ਲੱਗਦਾ ਪਰ ਥਿਸ ਲੁੱਕਸ ਅ ਲਿਟਲ ਬਿਟ ਓਪਨ ਤੇ ਇੱਥੇ ਵੀ ਤੁਸੀਂ ਬੈਠ ਕੇ ਦੇਖ ਕੇ ਨਾ ਹੁਣ ਓ ਮਾਈ ਗਾਡ ਲੱਗਦਾ ਵੈਰੀ ਨਾਈਸ ਵੈਰੀ ਨਾਈਸ ਤੇ ਆ ਸਟੱਡੀ ਕੌਨਰ ਸਟੱਡੀ ਕੀਤਾ ਸਟੱਡੀ ਕੌਨਰ ਵੈਰੀ ਨਾਈਸ ਵੈਰੀ ਨਾਈਸ ਹਾਂਜੀ ਇੰਡੀਆ ਵਾਲੀ ਅਲਾਰਮ ਕਰੀ ਆਪਣੇ ਆਪਣੇ ਪੇਪਰ ਦਾ ਨਾਮ ਲਿਖਿਆ ਇਹਦੇ ਤੇ ਸੋਲਟਨ ਪੇਪਰ ਆ ਵਧੀਆ ਵੈਸੇ ਆਈਸੋਲੇਟਡ ਹੈ ਕੋਰਨਰ ਟੀਵੀ ਦੇਖਣਾ ਟੀਵੀ ਦੇਖ ਲਓ ਹਾਂਜੀ ਹਾਂਜੀ ਇਹ ਵੀ ਚੀਜ਼ ਮੈਨੂੰ ਲੱਗਾ ਆ ਸਾਨੂੰ ਬਹੁਤ ਲੋੜ ਹੈ ਕਿਉਂਕਿ ਆਪਣੇ ਬੱਚੇ ਜਾ ਕੇ ਜਿਵੇਂ ਕਈ ਵਾਰ ਛੇੜ ਦਿੰਦੇ ਆ ਏਸੀ ਛੇੜ ਦਿੰਦੇ ਟੈਂਪਰੇਚਰ ਤੁਸੀਂ ਇਦਾਂ ਲੌਕ ਕਰਕੇ ਲਾ ਸਕਦੇ ਹੋ ਚਲੋ ਆ ਮੈਡਮ ਉਹਨਾਂ ਨੇ ਤਾਂ ਲੋਕਾਂ ਲਈ ਲਾਇਆ ਕਰ ਉਦਘਾਟਨ ਪਰ ਇੱਕ ਦੇਸ਼ ਦੀ ਵੀ ਇਹਦੇ ਉੱਪਰ ਤੱਕ ਨਹੀਂ ਹੈਗੇ ਦਰਵਾਜ਼ੇ ਸਵਾਦ ਦੇਖੋ ਫਰਕ ਪੈਂਦਾ ਥੋੜਾ ਜਿਹਾ ਮਤਲਬ ਪੀਣਾ ਚਲਾਦਾ ਜਦੋਂ ਚਲੋ ਅੰਦਰ ਜਾਓ ਤੇ ਉਹ ਇਸ ਕੋ ਇਹ ਹੈਗਾ ਮਾਸਟਰ ਇੱਥੇ ਜੇ ਤੁਸੀਂ ਭਾਈ ਤੁਹਾਨੂੰ ਪੀਪਲ ਵਾਚਿੰਗ ਦਾ ਸ਼ੌਕ ਆ ਤਾਂ ਤੁਸੀਂ ਲੋਕ ਦੇਖਦੇ ਹਾਏ ਕੌਣ ਆਇਆ ਕਿਹਦੇ ਘਰੇ ਕੌਣ ਆਇਆ ਮੇਰੀ ਫੇਵਰਿਟ ਸਪੇਸ ਤੇ ਆ ਬੈਲਕਨੀ ਖੁੱਲੀ ਹੈ ਕਿ ਬੰਦ ਕੀਤੀ ਲੱਗ ਗਈ ਮੈਨੂੰ ਮੇਰੇ ਖਿਆਲ ਨਾਲ ਬੰਦ ਕੀਤੀ ਹੋਈ ਹੈ ਬੰਦ ਕੀਤੀ ਠੰਡ ਕਰਕੇ ਹਵਾ ਕਰਕੇ ਲਓ ਜੀ ਆਓ ਸਾਰੇ 84 ਘਰ ਨੇ
ਜਿਹੜਾ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਪਲੱਸ ਆ ਵੀ ਸੀਗੇ ਹਾਂਜੀ ਤੇ ਆਈਡੀਆਜ਼ ਲਓ ਸਬਸਕ੍ਰਾਈਬ ਕਰੀ ਜਾਇਓ ਸਬਸਕ੍ਰਾਈਬ ਕਰ ਲਿਓ ਸ਼ੇਅਰ ਪ੍ਰੀਮੀਅਰ ਅਸੀਂ 2 ਦਿਨ ਪਹਿਲਾਂ ਪਾਉਂਦੇ ਹੁੰਨੇ ਆ ਤੇ ਉਹ ਪ੍ਰੀਮੀਅਰ ਤੇ ਜਾ ਕੇ ਸੈੱਟ ਟਾਈਮਰ ਕਰਦੇ ਕਰੋ ਫਿਰ ਜਦ ਵੀਡੀਓ ਪ੍ਰੀਮੀਅਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਤੇ ਤੁਹਾਨੂੰ ਨੋਟੀਫਿਕੇਸ਼ਨਸ ਆ ਹੀ ਆਉਣਗੇ ਸਾਡੀ ਇਹ ਸਾਰੇ ਵੀਡੀਓਜ਼ ਦੇ ਕਿ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋ ਅੱਛਾ ਹੁਣ ਉਹ ਕੋਰੀਡੋਰ ਆ ਗਿਆ ਹਾਂਜੀ ਇੱਥੇ ਬੰਦਾ ਸੁੱਤਾ ਪਿਆ ਉੱਠਿਆ ਇੱਥੇ ਸੁੱਤ ਸਿੱਧਾ ਬਾਹਰ ਉਹ ਤਾਂ ਪਹਿਲਾਂ ਉਹ ਵਿੰਡੋ ਨਹੀਂ ਨਹੀਂ ਆ ਸੁੱਤੇ ਪਏ ਦਾ ਵੀਊ ਦੇਖੋ ਵਾਓ ਲਾ ਜੀ ਮੈਂ ਵੀ ਉੱਚ ਨਹੀਂ ਉਹ ਬਾਹਰ ਕਾ ਕਹਿ ਨਾ ਵਾਓ ਰਾਈਟ ਜੀ ਰਾਈਟ ਨਾਈਸ ਵੈਰੀ ਨਾਈਸ ਹੈ ਹਰੇਕ ਜਗ੍ਹਾ ਤੇ ਵਿੰਡੋ ਸਪੇਸ ਦੇਣ ਦੇ ਇਹਨੂੰ ਮਿਡਲ ਚ ਲਾਇਆ ਇੱਕ ਮਿੰਟ ਮੈਡਮ ਇੱਕ ਮਿੰਟ ਇੱਧਰ ਆਓ ਦੁਬਾਰ ਜੀ ਪਰ ਤੁਸੀਂ ਸਾਈਡ ਤੇ ਹੋ ਸਾਈਡ ਤੇ ਹੋ ਸਾਈਡ ਤੇ ਹੋ ਹੈਲੋ ਲਓ ਜੀ ਆ ਦੇਖੋ ਜੀ ਵਾਸ਼ਰੂਮ ਵੈਰੀ ਨਾਈਸ ਮੇਰੇ ਮੂੰਹ ਚ ਨਿਕਲ ਜਾਂਦਾ ਇਹਦੇ ਲਾਈਟ ਹੋਰ ਤਰ੍ਹਾਂ ਦੀ ਆ ਵਾਓ ਸ਼ਾਵਰ ਸਾਈਡ ਤੇ ਸਕਲੂਡਡ ਔਰ ਵੱਡਾ ਸਾਈਜ਼ ਤੁਸੀਂ ਬਾਹਰ ਦੇਖ ਸਕਦੇ ਹੋ ਤੁਹਾਨੂੰ ਨਹੀਂ ਕੋਈ ਅੰਦਰ ਦੇਖ ਸਕਦਾ ਹਾਂਜੀ ਇਹਨਾਂ ਨੇ ਉਹ ਸਕਰੀਨ ਲਾਈ ਹੋਈ ਆ ਤੇ ਇੱਧਰ ਹੈਗੀ ਹੈ ਜੀ ਵਾਟਰੂਮ ਵਾਕਿੰਗ ਵਾਟਰੂਮ ਇਹਦੇ ਆਪਾਂ ਬੜਾ ਟਾਈਮ ਨਹੀਂ ਲਾਉਣਾ ਇੱਥੇ ਤੇ ਆ ਵੀ ਵਿਊ ਹੈਗਾ ਜੇ ਤੁਸੀਂ ਚਾਹਦੇ ਹੋ ਮੇਲਾ ਦਾ ਚੱਕ ਸਕਦੇ ਹੋ ਹਾਂਜੀ ਪੜਦਾ ਬੜ ਚਲੋ ਜੀ ਉੱਧਰ ਕੀ ਉਹ ਦਰਵਾਜ਼ਾ ਖੁੱਲ ਕੇ ਦੇਖੀ ਟਾਇਲਟ ਹੋ ਗਈ ਮੈਨੂੰ ਮੈਂ ਤਾਂ ਇਹ ਬਹੁਤ ਸੋਹਣਾ ਲੱਗਦਾ ਹੈ ਵਿੱਚ ਲਾ ਇਹ ਤਾਂ ਔਖਾ ਬਹੁਤ ਵੱਡਾ ਹਾਂ ਡੈਕੋਰੇਸ਼ਨ ਲਈ ਜਿਵੇਂ ਹਮ ਕੱਲੇ ਦਾਤ ਸੌਂ ਕਰੇ ਤੇ ਸਮਰਾਟ ਕਹਿੰਦਾ ਨਦਰ ਸਿੰਘ ਸੁੱਤਾ ਤੇ ਥੋੜਾ ਨੀਵਾ ਆ ਨੀਵਾ ਆ ਟੋਲੇ ਦਾ ਸੋਹਣਾ ਲੱਗਦਾ ਟੋਲੇ ਦਾ ਆ ਵਧੀਆ ਨਾਲ ਸੈਪਰੇਟ ਰੱਖੀ ਆ ਹਾਂਜੀ ਇਹ ਚਾਹੀਦੀ ਆ ਹਾਂ ਤੇ ਇਹਦੇ ਪਿੱਛੇ ਵੀਊ ਹੈਗਾ ਹਾਂਜੀ ਮੁੜ ਮੁੜ ਕੇ ਨਾ ਦੇ ਮੁੜ ਮੁੜ ਕੇ ਚਲੋ ਜੀ ਵਨ ਬੈਡਰੂਮ ਡਨ ਆਈ ਲਵ ਥਿਸ ਬੈਡਰੂਮ ਵੈਰੀ ਨਾਈਸ ਆਈ ਲਾਈਕ ਇਟ ਵੈਰੀ ਨਾਈਸ ਬਾਲਕਨੀ ਵੀ ਆ ਲਾਈਕ ਤੁਸੀਂ ਇਹ ਘਰ ਦੇ ਵਿੱਚ ਫਾਲਟ ਨਹੀਂ ਪਿਕ ਕਰ ਸਕਦੇ ਵੀ ਹਾਂਜੀ ਆ ਆ ਮੀਨ ਆ ਫਾਲਟ ਤੋਂ ਸਿਵਾਏ ਹੋਰ ਨਹੀਂ ਪਿਕ ਕਰ ਸਕਦੇ ਚਲ ਵੀ ਮੈਡਮ ਆ ਜਾ ਇੱਧਰ ਨੂੰ ਨੈਕਸਟ ਵਾਲੇ ਚ ਚਲੀਏ ਵੈਰੀ ਨਾਈਸ ਲੁੱਕ ਦਿਸ ਸੋ ਆ ਕੋਰੀਡੋਰ ਭੀੜਾ ਆ ਹਾਂਜੀ ਇਹ ਕੋਈ ਮੈਂ ਥੱਲੇ ਵਾਲੀ ਗੱਲ ਆਈ ਕੀਤੀ ਸੀ ਨਾ ਉਹਨਾਂ ਨੇ ਤਾਂ ਹੀ ਕਬਰਡ ਨੂੰ ਓਪਨ ਕਰਤਾ ਸੀ ਥੋੜਾ ਜਿਹਾ ਭੀੜਾ ਆ ਇਹਨਾਂ ਨੇ ਤਾਂ ਹੀ ਪੇਂਟਿੰਗਸ ਆਈਆਂ ਨੇ ਵੈਸੇ ਤਾਂ ਜੇ ਤੁਸੀਂ ਪੇਂਟਿੰਗ ਨਹੀਂ ਲਾਉਣਾ ਚਾਹੁੰਦੇ ਤੁਸੀਂ ਵਾਲ ਸਟਿਕਰਸ ਲਾ ਸਕਦੇ ਹੋ ਤਾਂ ਵੈਰੀ ਨਾਈਸ ਆ ਉਹਦੇ ਕਾਂਸ ਆ ਗਈ ਆਪਣੀ ਫੇਵਰਿਟ ਯੈਸ ਇਹ ਹੁਣ ਹਰੇਕ ਘਰ ਚ ਪਾਉਣ ਲੱਗ ਗਏ ਹਾਂਜੀ ਵੈਰੀ ਨਾਈਸ ਆ ਤਾਂ ਹੁਣ ਟਾਈਲਾਂ ਸੇਮ ਮੈਚ ਨੇ ਟੱਬ ਹੋ ਗਿਆ ਇਹਦੇ ਵਿੱਚ ਤਾਂ ਕੋਈ ਓ ਮਾਈ ਗੋਡ ਲੁੱਕ ਥਿਸ ਟੱਬ ਦੇ ਵਿੱਚ ਤੇ ਚਾਹੀਦਾ ਟੱਬ ਦੇ ਵਿੱਚ ਬਹਿ ਕੇ ਰਿਲੈਕਸ ਕਰ ਰਹੇ ਹੋ ਖੋਲੀ 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 ਥੋੜਾ ਜਿਹਾ ਰਿਲੈਕਸ ਕਰਕੇ ਇਹ ਲਾ ਚੱਕ ਵਿਊ ਵਾਹ ਜੀ ਵਾਹ ਵੈਰੀ ਨਾਈਸ ਯਾਰ ਇਹ ਤਾਂ ਬਿਊਟੀਫੁਲ ਅੱਖਿਆ ਇੱਧਰ ਆ ਗਿਆ ਆ ਆ ਗਈ ਮੇਲਾ ਦਾ ਤੁਹਾਡੀ ਲਿਨਨ ਕੈਬਨਟ ਆ ਗਈ ਹਾਂਜੀ ਲਿਨਨ ਕਬਰਡ ਆ ਇੱਕ ਛੋਟਾ ਜਿਹਾ ਬੈਡਰੂਮ ਆ ਠੀਕ ਹੈ ਇੱਥੇ 뮤직 ਚੱਲਦਾ ਮੈਡਮ ਉੱਧਰ ਚੱਲ ਮੜਾ ਜਾ ਆ ਦੂਜਾ ਬੈਡਰੂਮ ਆ ਗਿਆ ਛੋਟੇ ਨੇ ਬੈਡਰੂਮ ਬੈਡਰੂਮ ਥੋੜੇ ਛੋਟੇ ਨੇ ਪਰ ਇੱਥੇ ਉਹ ਵਾਲਾ ਵਧੀਆ ਸੀਗਾ ਦੂਜਾ ਹਾਂਜੀ ਪਰ ਇਸ ਕਰਕੇ ਇਹਨਾਂ ਨੇ ਸ਼ਾਇਦ ਛੋਟੇ ਰੱਖਦੇ ਆ ਕਿ ਬਈ ਮੋਸਟ ਆਫ ਦਾ ਟਾਈਮ ਤੁਸੀਂ ਥੱਲੇ ਬਿਤਾਣਾ ਹੁੰਦਾ ਆ ਰਾਦਰ ਦੈਨ ਕਿ ਤੁਸੀਂ ਬੈਡਰੂਮ ਸੌਣੇ ਹੋਣਾ ਇਹਨਾਂ ਨੇ ਯਾਨੀ ਕਿ ਫੰਕਸ਼ਨਲ ਸਪੇਸ ਜਾਣਾ ਨੇ ਆ ਟਾਇਲਟ ਹੋਰ ਆ ਗਈ ਤੇ ਆ ਆ ਗਿਆ ਕੋਲ ਇੱਕ ਹੋਰ ਬੈਡਰੂਮ ਆ ਸੋ ਇਹਦੇ ਵਿੱਚ ਇਹਦੇ ਘਰ ਦੇ ਵਿੱਚ ਕਿੰਨੇ ਉਹ ਹੋ ਗਏ ਕਿੰਨੇ ਵਾਸ਼ਰੂਮ ਸ਼ਾਵਰ ਹੋ ਗਏ ਸਾਰੇ ਜਿਹੜੇ ਵੀਡੀਓ ਦੇਖਣਗੇ ਉਹਨਾਂ ਨੂੰ ਕਮੈਂਟਸ ਦੇ ਵਿੱਚ ਦੱਸਣਾ ਮੈਂ ਭੁੱਲੇ ਗਿਆ ਨਾ ਮੈਂ ਵੀ ਭੁੱਲ ਗਈ ਇਸ ਕਰਕੇ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਕਿ ਕਿੰਨੇ ਬਾਥਰੂਮ ਸ਼ਾਵਰ ਸੀਗੇ ਤੇ ਕਿੰਨੇ ਟਾਇਲਟ ਸੀਗੇ ਤੇ ਕਿੰਨੇ ਬੈਡਰੂਮ ਸੀਗੇ ਲਓ ਜੀ ਹੁਣ ਚੱਲੀਏ ਥੱਲੇ ਚਲੋ ਚੱਲੀਏ ਤੇ ਪਾਈਏ ਪੋ ਬਾਹਰੋਂ ਦਿਖਾ ਦੀ ਇੱਕ ਵਾਰੀ ਮੈਨੂੰ ਘਰ ਵੈਰੀ ਨਾਈਸ ਮੇਨ ਫੇਵਰਿਟ ਪਾਰਟ ਮੇਰਾ ਘਰ ਦਾ ਦਿਸ ਹੈ ਤੇਰਾ ਇਹ ਵਾਲਾ ਮੇਰਾ ਬੇਸਿਕਲੀ ਆ ਵਾਲੀ ਵਿੰਡੋ ਹਾਂਜੀ ਜਿਹੜੀ ਇੱਥੋਂ ਵੀ ਦਿੰਦੀ ਆ ਥੱਲੇ ਤੋਂ ਵੀ ਦਿੰਦੀ ਆ ਤੇ ਮੇਰਾ ਇੱਕ ਆ ਵਾਲੀ ਫੇਵਰਿਟ ਆ ਆ ਵਾਲਾ ਰੂਮ ਮੇਰਾ ਬਹੁਤ ਫੇਵਰਿਟ ਆ ਲੁੱਕ ਐਟ ਦਿਸ ਲੈਫਟ ਸਾਈਡ ਤੇ ਤੇ ਰਾਈਟ ਸਾਈਡ ਤੇ ਤੇ ਸਾਹਮਣੇ ਖੁੱਲਾ ਡੁੱਲਾ ਲਾਈਟ ਕਿੰਨੀ ਹੋਣੀ ਹੈਗਾ ਅੱਜ ਚਲਿਏ ਥੱਲੇ ਫਿਰ ਲੈਟਸ ਗੋ ਜੀ ਇਹ ਸੀਗਾ ਜਿਹੜਾ ਤੁਹਾਨੂੰ ਘਰ ਦਿਖਾਇਆ ਸਾਡਾ ਫੇਵਰਿਟ ਵਾਲਾ ਘਰ ਇਹਦੀ ਪ੍ਰਾਈਸ ਹੈ ਅਰਾਊਂਡ 1.1 ਮਿਲੀਅਨ ਆਸਟ੍ਰੇਲੀਅਨ ਡਾਲਰਸ ਤੁਸੀਂ ਸਾਰੇ ਪੁੱਛਦੇ ਸੀਗੇ ਤੇ ਇਹ ਸਾਡਾ 31 ਸਕੁਅਰ ਮੀਟਰ ਦਾ ਘਰ ਆ ਇਹ ਵਾਓ 4 ਬੈਡਰੂਮ ਯੈਸ ਤੇ ਬਸ ਬਾਕੀ ਬਾਥਰੂਮ ਬਾਕੀ ਨਹੀਂ ਦੱਸਦਾ ਬਾਕੀ ਕਿਚਨ ਵਗੈਰਾ ਤੁਸੀਂ ਦੇਖ ਲਈ ਤੇ ਸੀਸੇ ਦੇਖੋ ਵੀ ਸੀਸੇ ਹੁਣ ਮੈਂ ਤੈਨੂੰ ਬਾਹਰੋਂ ਦਿਖਾ ਕੇ ਫਿਰ ਬਾਏ ਕਰੀਏ ਹਾਂ ਹਾਂਜੀ ਜਿਹੜੀ ਸੀਨਰੀ ਆ ਉਹ ਮਤਲਬ ਪ੍ਰਾਈਸਲੈਸ ਆ ਅਗਲਾ ਘਰ 2 ਦਿਨ ਤੱਕ ਹਾਂਜੀ ਆਲਰਾਈਟ ਲਾਈਕ ਸਬਸਕ੍ਰਾਈਬ ਤੇ ਐਂਡ ਸ਼ੇਅਰ ਕਰ ਦਿਓ ਆਲਰਾਈਟ